हम तो सिंह पहुंच गए। एक लिखा टिकट टिकट हैगी $32 की टिकट आ अडल्ट दी ते जवाकां नूं फ्री टिकट ले लिए चल के। दो टिकट ले लिया अपन अडल्ट्स दी दो ओके ऑल किड्स आर फ्री ओके थैंक्स थैंक यू यू डू थैंक यू यू गेट द कूल टिकट। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹੁੰਚਿਆ ਜੀ ਆਪਾਂ ਕਬਲੂਮ ਫੈਸਟੀਵਲ ਹੈ ਕੋਈ ਇਹ ਕੀ ਕਹਿੰਦੇ ਨੇ ਕਬਲੂਮ ਫੈਸਟੀਵਲ ਨਹੀਂ ਕਬਲੂਮ ਫੈਸਟੀਵਲ ਆਫ ਫਲਾਵਰਸ ਮੈਲਬਨ ਤੋਂ ਹੈ ਇਹ ਕੋਈ 40-45 ਕਿਲੋਮੀਟਰ ਤੇ ਹੋਣਾ ਈਸਟਰਨ ਸਬਸ ਦੇ ਵਿੱਚ ਤੇ ਦੇਖਦੇ ਹਾਂ ਚੱਲ ਕੇ ਬੋੜੀ ਇਹ ਹੁਣ ਲਾਸਟ ਡੇ ਅੱਜ ਇਹਦਾ ਦਿਨ ਵਧੀਆ ਨਿਕਲਿਆ ਤੇ ਵਧੀਆ ਫਨ ਸ਼ਾਟ ਕਰਦੇ ਹਾਂ ਵੇਖਦੇ ਹਾਂ ਕੀ ਕੁਝ ਇਸਨਾ ਫਨ ਅਗਲੀ ਸੈਲਫੀ ਲੈ ਲਈਏ ਤੇ ਫੁੱਲਾਂ ਦਾ ਕੰਮ ਕਰਦੇ ਹਾਂ ਲੈਣੇ ਲੈਣੇ ਪੂਰੀ ਜੋਰਾਂ ਸ਼ੋਰਾਂ ਨਾਲ ਫੋਟੋਗ੍ਰਾਫੀ ਹੋ ਰਹੀ ਹੈ ਇੱਥੇ ਐਨ ਲੋਕ ਲੱਗੇ ਪੂਰੇ ਰਿਕ ਐਨ ਅਗਲੇ ਐਨ ਪੋਈ ਪੋਈ ਬਣਾਉਂਦੇ ਪੂਰੇ ਫੁੱਲ ਫੁੱਲ ਬੜਾ ਫੁੱਲ ਕਿੱਥੇ ਜਾਣਾ ਬਈ ਓਏ ਉਹਦੇ ਹੋ ਟਰੈਕਟਰ ਸਵਾਲ ਦੇ ਰੇ ਅੰਤੋਜ ਉਹ ਟਰੈਕਟਰ ਦੇ ਕਿਹੜਾ ਕਢਾਉਂਦੇ ਫਾਰਮ ਦਾ ਅੱਜ ਤੈਨੂੰ ਵੀ ਲਈ ਹੈ ਇਹ ਟਰੈਕਟਰ ਟਰੈਕਟਰ ਕੀ ਹੈ ਦੱਸੀ ਬਈ ਟਰੈਕਟਰ 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 ਆਪਣੇ ਬੰਦੇ ਲੱਗੇ ਪੂਰੀ ਐਨ ਕਲਾਕਾਰੀ ਕਰਦੇ ਪਏ ਆ ਫੋਟੋਗ੍ਰਾਫੀ ਨਾਲ ਕਿਵੇਂ ਮੇਰੀ ਠੀਕ ਆ ਵਧੀਆ ਕਿਹੜਾ ਆਹ ਵਾਲਾ ਵਧੀਆ ਪਰ ਇੱਧਰ ਸੂਰਜ ਪੈ ਰਿਹਾ ਉਧਰ ਇੱਕ ਕਹਿ ਰਹਾ ਵੀ ਜੇ ਇਹਨਾਂ ਨੇ ਰੰਗ ਬਰੰਗੇ ਅੱਡ ਅੱਡ ਫੁੱਲਾਂ ਦਾ ਆਹ ਬੜਾ ਸੋਹਣਾ ਲਾਲ ਲਵੈਂਡਰ ਤੇ ਆਹ ਆਪਣੇ ਗੈਂਦੇ ਟਾਈਪ ਜੇ ਆ ਗਏ ਗੈਂਦੇ ਵਾਲੇ ਪੂਰਾ ਉੱਥੇ ਤੱਕ ਜਾਂਦਾ ਇੱਕ ਵਾਹ ਬਈ ਇਹਨਾਂ ਦੇ ਦੋ ਤਿੰਨ ਐਂਟਰੀਆਂ ਤੇ ਦੋ ਤਿੰਨ ਐਗਜ਼ਿਟ ਨੇ ਆਹ ਇੱਧਰ ਦੀ ਆ ਆਹ ਮੇਨ ਲੱਗਦਾ ਆਪਾਂ ਹੋਰ ਪਾਸੇ ਦੀ ਆਏ ਆ ਉਹ ਐਡਾ ਮੇਨ ਨਹੀਂ ਸੀ ਹੈਗਾ ਇਹ ਮੇਨ ਐਂਟਰੀ ਆ ਇਹ ਤੇ ਬਣਾਇਆ ਸਾਰਾ ਭਾਈ ਮੈਂ ਹੈ ਯਾਰ ਤੂੰ ਐਂਟਰੀ ਕਰੀ ਆ ਕੋਈ ਐਡਾ ਲੱਗੀ ਨਹੀਂ ਪਰ ਇੱਧਰ ਭੀੜ ਜਾ ਲਾ ਆ ਇਹਨਾਂ ਦੀਆਂ ਆ ਗਈਆਂ ਜਿਹੜੀਆਂ ਕੋਈ ਕਾਫੀ ਸ਼ੌਪ ਆ ਗਈ ਖਾਣ ਪੀਣ ਵਾਲਾ ਟੱਚ ਉੱਪਰ ਟੈਜਸ ਫੇਸ ਪੇਂਟਿੰਗ ਪੇਰੀ ਸ਼ੌਪ ਆ ਮੇਨ ਮਾਰਕੀਟ ਆਹ ਤਾਂ ਆਹ ਜਗ੍ਹਾ ਦਾ ਤਾਂ ਆਹ ਪਰਮਾਨੈਂਟ ਸ਼ੌਪ ਸੀ ਨਾ ਸੋਵਨੀਅਰ ਵਗੈਰਾ ਜਿਹੜੀ ਆਹ ਵਾਲੀ ਸ਼ੌਪ ਆ ਆਹ ਜਿਹੜਾ ਪਰਮਾਨੈਂਟ ਪਾਰਕ ਦਾ ਇਹਨਾਂ ਦਾ ਏਰੀਆ ਹੋਣਾ ਉਹ ਵਾਲਾ ਜਿਹੜਾ ਸਾਰਾ ਸਾਲ ਖੁੱਲ੍ਹਾ ਹੋਣਾ ਪਾਣੀ ਦਿੱਲੀ ਆ ਬੈਂਡ ਵਾਜਾ ਲੱਗਾ ਉੱਥੇ ਖਾੜਾ ਲਾਇਆ ਗੋਰੀ ਨੇ ਮੇਲਿਆਂ ਦੇ ਵਿੱਚ ਇਹੋ ਜਿਹਾ ਗਾਣ ਵਜਾਉਣ ਵਾਲਾ ਪ੍ਰੋਗਰਾਮ ਹੁੰਦਾ ਹੀ ਆ ਹਰ ਇੱਕ ਦਾ ਕਿਤੇ ਕਿਤੇ ਕੁਰਸੀਆਂ ਕਰਸੀਆਂ ਲੱਗੀਆਂ ਖਾਣ ਪੀਣ ਦਾ ਸਮਾਨ ਹੈ ਸਾਰਾ ਉੱਥੇ ਕੀ ਹੋ ਗਿਆ ਕੀ ਲੈਣਾ ਆਈਸਕ੍ਰੀਮ ਨਾਲੇ ਹੁਣ ਤਾਂ ਕਹਿੰਦੇ ਕਿ ਫਰਾਈਜ਼ ਲੈਣੀਆਂ ਚਿਪਸ ਚਿਪਸ ਵਾਧੂ ਨਾ ਠੀਕ ਹੈ ਚਿਪਸ ਆਉਂਦੇ ਸਾਰੀ ਚਿਪਸ ਹਾਂ ਵੀ ਕੀ ਹੈ ਦਿਖਾ ਇਹ ਆਹ ਲੈਣੇ ਇਹਨਾਂ ਦੇ $10 ਦੇ ਹੁਣ ਤੇਰਾ ਰੁਪਈਏ ਦਾ ਸਮਾਨ ਨਹੀਂ ਤੇ ਉਹਨੇ ਰੁਪਈਏ ਲੈ ਲਏ ਆਪਣੇ ਤੋਂ 10 ਹੈ ਓਏ 10 ਕੀ ਨੇ ਇਹ ਆਲੂ ਹੀ ਨੇ ਫਰਾਈਆਂ ਫਰਾਈਆਂ ਜੇ ਆਪਾਂ ਕਿਤੇ ਵੀ ਹੁਣ ਅੱਜ ਕੱਲ੍ਹ ਕਿਤੇ ਵੀ ਘੁੰਮਣ ਫਿਰਨ ਜਾਈਏ ਨਾ ਤਾਂ ਆਪਾਂ ਨੂੰ ਆਪਣੇ ਬੰਦੇ ਇੰਡੀਅਨਸ ਜਾਂ ਪੰਜਾਬੀ ਕੋਈ ਵੀ ਬਾਹਰਲੀ ਕਮਿਊਨਿਟੀਜ਼ ਦੇ ਮੋਰ ਦੈਨ 50% ਆਪਣੇ ਬੰਦੇ ਦਿਸਣਗੇ
ਹੁਣ ਸਾਰੇ ਇੱਥੇ ਦੇਖ ਲਓ ਜੀ ਜਿਹੜੀ ਕਿ ਆਪਣੀ ਆਸਟ੍ਰੇਲੀਆ ਕੈਨੇਡਾ ਮੈਨੂੰ ਲੱਗਦਾ ਜਿਹੜੀ ਇਕੋਨਮੀ ਆਪਣੇ ਬੰਦੇ ਹੀ ਲਈ ਫਿਰਦੇ ਆ ਹੁਣ ਤਾਂ ਇਹਨਾਂ ਦੀ ਮਾਈਗ੍ਰੇਸ਼ਨ ਨਹੀਂ ਬੰਦ ਹੋ ਸਕਦੀ ਜੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਹੁਣ ਕੰਮ ਤੋਰਿਆ ਮੋਰ ਦੈਨ ਲਗ 70-80% ਹੀ ਆਪਣੇ ਬੰਦੇ ਨੇ ਫਾਰਮ ਦੇ ਵਿੱਚ ਪਤਾ ਨਹੀਂ ਕੀ ਘੁੰਮਣ ਫਿਰਦੇ ਨੇ ਤਾਂ ਮੈਨੂੰ ਲੱਗਦਾ ਰੁੱਤ ਲੰਘ ਗਈ ਹੋਣੀ ਹਨਾ ਉਸਨੇ ਇੱਥੇ ਸ਼ਾਇਦ ਪਹਿਲਾਂ ਲੱਗੇ ਹੋਣ ਹੁਣ ਹੈ ਨਹੀਂ ਉਹ ਬੁਸ਼ ਕਿਹੜੀ ਬੁਸ਼ ਹੈ ਇੱਥੇ ਆ ਮੈਂ ਇੱਕ ਆ ਸ਼ਹਿਦ ਦੀ ਮੱਖੀ ਨੂੰ ਦੇਖ ਰਿਹਾ ਇਹ ਮਤਲਬ ਇੱਕ ਸੈਕਿੰਡ ਹੀ ਹਰ ਇੱਕ ਫੁੱਲ ਤੇ ਰੁਕਦੀ ਹੈ ਇਹ ਤੋਂ ਇਹ ਇਕੱਠਾ ਕਰ ਰਹੀ ਹੈ ਸ਼ਹਿਦ ਇੱਕ ਸੈਕਿੰਡ ਹੀ ਰੁਕਦੀ ਹੈ ਉਹ ਆ ਵੀ ਵਾਹ ਕੀ ਮਿਹਨਤ ਕਰਦੀਆਂ ਨੇ ਬਈ ਆਹ ਇੱਕ ਇੱਕ ਫੁੱਲ ਤੇ ਇੱਕ ਇੱਕ ਸੈਕਿੰਡ ਉਹਦੇ 'ਚ ਹੀ ਆਪਣਾ ਰਸ ਜਿਹਾ ਕੱਢ ਲੈਂਦੀ ਹੈ ਇਹਦਾ ਬਾਕੀ ਦੇ ਜਿਹੜੇ ਰਿਸਰਚ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਆ ਟਰੈਕਟਰ ਜਿਹਦੀ ਮੈਂ ਪਹਿਲਾਂ ਵੀ ਥੋੜ੍ਹੀ ਜਿਹੀ ਵੀਡੀਓ ਬਣਾਈ ਸੀਗੀ ਇਹਦੇ 'ਚ ਮੈਨੂੰ ਲੱਗਦਾ 20 ਬੰਦੇ ਬਿਠਾ ਲੈਂਦੇ ਹੋਣੇ ਇਹ ਅਤੇ $10-10 ਟਿਕਟ ਹੋਣੀ ਜਵਾਕਾਂ ਦੀ ਇੱਕ ਗੇੜਾ ਲਵਾ ਕੇ $200 ਦਸਾਂ ਮਿੰਟਾਂ 'ਚ ਜੇਬ 'ਚ ਡਿਫਰੈਂਟ ਕਿਆਰੀ ਆਪਣੀ ਕਿਹੜਾ ਲਿਖਿਆ ਜੀ ਮੈਰੀ ਗੋਲਡ ਡੋਰਿੰਗ ਰੈੱਡ ਹੈਗੇ ਸਾਰੇ ਕਹਿੰਦੇ ਨੇ ਆਹ ਵੀ ਦੂਜੇ ਲਾਲ ਵਾਲੇ ਇੱਕ ਪ੍ਰੈਜੈਂਟੇਸ਼ਨ ਦੀ ਗੱਲ ਆ ਇਹ ਆਪਾਂ ਉਵੇਂ ਸਿੱਟ ਦਿੰਦੇ ਹਾਂ ਇਹਨਾਂ ਨੇ ਵਧੀਆ ਕਿਆਰੀਆਂ ਬਣਾ ਕੇ ਲਾਏ ਆ ਅਤੇ ਇਹਦੇ ਵਿੱਚੋਂ ਹੀ ਬਿਜ਼ਨਸ ਦਾ ਵਧੀਆ ਮਾਡਲ ਤਿਆਰ ਕਰਿਆ ਪੈਸੇ ਬਣਾਉਂਦਾ ਵਧੀਆ ਤੁਹਾਨੂੰ ਜੀ ਪਰੇਡ ਹੋ ਗਈ ਅੱਜ ਤਾਂ ਇਹਨਾਂ ਨੇ ਵਿੰਗਾ ਟੇਡਾ ਬਣਾਇਆ ਜ਼ਿਗਜ਼ੈਗ ਹੈ ਆਹ ਪੈਟਰਨ ਇਹਦਾ ਡਿਫਰੈਂਟ ਹੈ ਇਹਦੇ 'ਚ ਇਹ 'ਚ ਹੈ ਨਾ ਅੱਡ ਅੱਡ ਬਈ ਆਹ ਤਾਂ ਚੱਲ ਗੇਂਦਾ ਹੈਗਾ ਹੀ ਆ ਪਤਾ ਨਹੀਂ ਕੀ ਚੀਜ਼ ਸਾਰੇ ਅੱਡ ਅੱਡ ਪੈਟਰਨ ਨੇ ਸੁਨੇਹ ਕਹਿੰਦੀ ਇਹਦੇ ਨਾਲ ਮੈਂ ਪਿਕਚਰ ਖਿਚਾਉਣੀ ਹੈ ਚੱਲ ਜਸਨੇ ਭਾਜਾ ਭਾਜਾ ਭੱਜ ਲਈ ਉਹ ਓਏ ਆਹ ਜ਼ਿਗਜ਼ੈਗ ਆ ਗਿਆ ਸ਼ਾਮ ਦਾ ਵੇਲਾ ਹੁਣ ਭੀੜ ਘੱਟ ਚੱਲੀ ਹੈ 5 ਮਿੰਟ ਦਾ 5 ਵਜਣ ਵਾਲੇ 5 ਵਜੇ ਬੰਦ ਹੋ ਜਾਣਾ ਹੈ ਹੱਥ ਚੱਕ ਕੇ ਜਿਵੇਂ ਜੰਗ ਜਿੱਤ ਕੇ ਆ ਜਾਂਦੀ ਹੈ ਇੱਕ ਆਹ ਡਿਫਰੈਂਟ ਲਾਈਨ ਆ ਇਹਨਾਂ ਨੇ ਡਿਫਰੈਂਟ ਤਰੀਕੇ ਦੇ ਬਣਾਏ ਹੋਏ ਨੇ ਆਹ ਜਿਹੜੇ ਆਹ ਫੁੱਲ ਨੇ ਆਹ ਵਾਲੇ ਉੱਚੇ ਨੇ ਉਹ ਨੀਵੇਂ ਨੇ ਦੋ ਤੇ ਫਿਰ ਆਹ ਵਾਲੇ ਉੱਚੇ ਨੇ ਇਹ ਆਹ ਵਾਲੇ ਇਹਨਾਂ ਨੇ ਪੈਟਰਨ ਬਣਾਇਆ 1-2-3-4 ਇੱਕ ਆਈਟਮਾਂ ਇਹਨਾਂ ਨਾਲ ਖਿਚਾਉਂਦੇ ਹੋ ਨਾ ਬੜੇ ਵਧੀਆ ਨੇ ਇਹਦੇ ਮੈਂ ਮੈਂ ਕਿਤੇ ਬਾਬਾ ਰਾਮ ਨੇ ਬਣਾਇਆ ਦਾੜੀ ਉਹਦੀ ਰੱਖੀ ਉਹਨੇ Say cheese. Okay, thank you. ਥੱਕ ਥੁੱਕ ਕੇ ਕੱਢ ਕੇ ਗੇੜੇ ਕੁਰਸੀਆਂ ਮੱਲੀਆਂ ਪਹਿਲਾਂ ਤਾਂ ਕੁਰਸੀਆਂ ਲੱਭਦੀਆਂ ਨਹੀਂ ਫਿਰ ਕੋਈ ਖੜਾ ਹੋਇਆ ਤਾਂ ਆਪਾਂ ਭੱਜ ਕੇ ਫਿਰ ਮੱਲ ਲਈਆਂ ਬਹਿ ਜਾਓ ਜਾ ਕੇ 5 ਮਿੰਟ ਬੈਠੀ ਹੈ ਤਾਂ ਫਿਰ ਤੁਰਦੇ ਹਾਂ ਸੂਰਜ ਨਿਕਲਿਆ ਪੂਰਾ ਵਧੀਆ ਮੌਸਮ ਆ ਆਹ ਡੰਡਿਆਂ ਦੇ ਉੱਪਰ ਚੜ੍ਹ ਕੇ ਲੋਕ ਤੁਰਦੇ ਆ ਚਲੀ 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 ਸਿਰੇ ਉਹ ਕਿਸਨੇ ਆਉਂਦਾ ਚਲਾ ਉਹਨਾਂ ਤੈਨੂੰ ਉਹ 1x1 ਕਰਨਾ ਬੂ 1x ਫੜ ਜਾ ਉੱਧਰ ਉਹ ਦੇਖੋ ਮੁੰਡਾ ਉਹ ਵੀ ਲੱਗ ਰਿਹਾ ਹੋਵੇ ਉਸਨੇ ਆਪਾਂ ਨੂੰ ਦੇਖਣ ਲੱਗਦਾ ਕਿ ਵੀ ਈਜ਼ੀ ਆ ਬਟ ਹੈ ਨਹੀਂ ਗਾ ਮੈਂ ਵੀ ਇਹਦੇ ਟਰਾਈ ਕਰਿਆ ਤਾਂ ਵੀ ਲੱਤ ਮਾਂ ਤੜਾਉਣ ਵਾਲਾ ਕੰਮ ਹੈ ਇਹਦੇ 'ਤੇ ਜੇ ਤੁਹਾਨੂੰ ਨਹੀਂ ਆਉਂਦਾ ਹਾਂ ਉਹਨੂੰ ਉਹ ਥੋੜ੍ਹੀ ਜਿਹੀ ਹਾਂ ਹਾਂ ਚੱਲ ਚੱਲ ਹੁਣ ਦੇਖ ਹੁਣ ਦੇਖ ਹੁਣ ਦੇਖ ਹੁਣ ਦੇਖ ਹੋਊਗਾ ਕਿ ਨਹੀਂ ਵਾਰੀ ਵਾਰੀ ਟਰਾਈ ਕਰ ਲਿਆ ਸਾਰਿਆਂ ਨੇ ਪਰ ਇਹ ਬਣਦੀ ਨਹੀਂ ਗੱਲ ਇਹਦੇ 'ਚ ਦੇਖਣ ਨੂੰ ਲੱਗਦਾ ਈਜ਼ੀ ਪਰ ਹੈ ਨਹੀਂ ਗਾ ਈਜ਼ੀ ਆਹ ਜਗ੍ਹਾ 'ਤੇ ਇਹਨਾਂ ਨੇ ਅੱਡ ਅੱਡ ਛੋਟੇ ਛੋਟੇ ਖੇਡਣ ਦਾ ਸਮਾਨ ਬਣਾਉਣਾ ਆਹ ਚਰਸਿਆ ਇੱਕ ਆਹ ਜਵਾਕਾਂ ਦੇ ਲੱਗੇ ਆ ਉਹ ਪੌੜੀਆਂ ਪੁੜੀਆਂ ਜਿਹੜੀਆਂ ਤੁਰਨ ਵਾਲੀਆਂ ਸੀ ਉਹ ਵੀ ਵੇਖੀਆਂ ਆਪਾਂ ਕਾਫੀ ਕੁਛ ਹੈ ਛੋਟਾ ਛੋਟਾ
एक ही चीज़ आवे। ओ वाह, चल चल। अच्छा ये पैरों से पाके तुरना इनू। काफी डिफरेंट फुल ने भाई। इधर लगे आ सूरजमुखी। लोगों ने फ्रेम जहाँ फड़िया फ्रेम के बीचों फोटो खिंचवा दी। आ गलबात है जी फुलों के फैसटिवल की। इतने जोड़ा कबलूम फैसटिवल आ, शाम का वेला हो गया तो हूँ जान का हो गया टाइम, तो चलीए घर न। फुल ने जी पिछे तुम वेख ही लेने सारे ने। मिलते हैं जी हूँ नैक्सट वीडियो के सारे जी। सत श्री अकाल, गुड बाय।